एलकेजी क्लास नेक्स्ट है साडे फिल अप्स जिन्नु असि पंजाबी विच खाली था भरो बोलदे है आजो देखो अपने फिल अप्स मैं बोलंगी तुसी मेरे पीछे पीछे रिप्लाई करना है ए देखो सब तो पहला इक ब्लैंक हैगी है, है मेथे खाली जगह छोड़ी हुई है उस तो बाद में लिखयो है रारा हुन तुसी मेनू ए दसो की रारे तो पहला केड़ा अक्षर आंदा है यया ਵੇਰੀ ਗੁੱਡ ਇੱਥੇ ਕੀ ਆ ਜਾਏਗਾ ਯਯਾ ਹਾਂਜੀ ਯਯਾ ਯੱਕਾ ਯਯਾ ਯੱਕਾ ਯਯਾ ਯਾਕ ਯਯਾ ਯਾਕ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਹਰ ਬਾਰ ਦੱਸਦੀ ਹਾਂ ਕਿ ਸਾਡੇ ਜਿਹੜੇ ਫਿਲ ਅਪਸ ਹੈ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਆ ਸਕਦੇ ਆ ਚਾਹੇ ਉਹ ਅੱਗੇ ਡੈਸ਼ ਹੋਏ ਚਾਹੇ ਉਹ ਪਿੱਛੇ ਹੋਏ ਜਾਂ ਫਿਰ ਸੈਂਟਰ ਵਿੱਚ ਹੋਏ ਯਯਾ ਲਿਖ ਲਿਆ ਸੀ ਰਾਰਾ ਰਾਰੇ ਤੋਂ ਬਾਅਦ ਕੀ ਹੈ

ਇਹ ਹੋ ਗਿਆ ਵਾਵਾ ਹੁਣ ਦੱਸੋ ਵਾਵੇ ਤੋਂ ਬਾਅਦ ਕੀ ਆਂਦਾ ਹੈ ੜਾ ੜਾ ਹਾਂ ਅੱਜ ਜਿਹੜਾ ਸੀ ਨਵਾਂ ਅੱਖਰ ਬਣਾਉਣਾ ਸਿੱਖਿਆ ਹੈ ਉਹ ਕੀ ਹੈਗਾ ੜਾ 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 ਖਾਲੀ ੜਾੜੇ ਤੋਂ ਕੁਝ ਨਹੀਂ ਹੁੰਦਾ ਇਹ ਹੋ ਗਿਆ ੜਾੜਾ ਖਾਲੀ ਅੱਛਾ ਹੁਣ ਦੁਬਾਰਾ ਦੇਖੋ ਇੱਥੇ ਮੈਂ ਲਿਖਿਆ ਹੋਇਆ ਹੈ ਯਈਆ ਠੀਕ ਹੈ ਯਈਆ ਯੱਕਾ ਹੁਣ ਯਈਆ ਯੱਕੇ ਤੋਂ ਬਾਅਦ ਕੀ ਆਂਦਾ ਹੈ ਰਾਰਾ ਝਾਰਾ ਰੱਥ ਵੈਰੀ ਗੁੱਡ ਰਾਰਾ ਰੱਸੀ ਰਾਰਾ ਰੱਸੀ ਯਯਾ ਰਾਰਾ ਅਗੇ ਫੇਰ ਇੱਕ ਖਾਲੀ ਜਗ੍ਹਾ ਛੋੜੀ ਹੋਈ ਹੈ ਹੁਣ ਦੱਸੋ ਮੈਨੂੰ ਰਾਰੇ ਤੋਂ ਬਾਅਦ ਕੀ ਆਂਦਾ ਹੈ ਲੱਲਾ 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 ਲਾਟੂ ਲੱਲਾ ਲੱड्डੂ ਯਯਾ ਲੱਟੂ ਯਯਾ ਲੱਟੂ ਅੱਗੇ ਹੈ ਵਾਵਾ ਵਾਵਾ ਵਾ ਜਾ ਵਾਵਾ ਵੇਲਣਾ ਤੇ ਹੁਣ ਫੇਰ ਦੱਸੋ ਵਾਵੇ ਤੋਂ ਬਾਅਦ ਕੀ ਆਏਗਾ ਰੜਾ 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 ਖਾਲੀ ਰੜਾ ਖਾਲੀ ਇਹ ਹੋ ਗਈ ਸਾਡੀ ਪੰਜਾਬੀ ਵਰਨਮਾਲਾ ਦੀ ਲਾਸਟ ਲਾਈਨ ਕੰਪਲੀਟ ਇਸ ਤੋਂ ਬਾਅਦ ਹੈ ਸਾਡੇ ਡਿਕਟੇਸ਼ਨ ਜਿੰਨੂੰ ਅਸੀਂ ਪੰਜਾਬੀ ਵਿੱਚ ਬੁਲਾਵੇਂ ਅੱਖਰ ਵੀ ਬੋਲਦੇ ਆ ਟੋਕਵੇਂ ਅੱਖਰ ਵੀ ਬੋਲਦੇ ਆ ਡਿਕਟੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਕਿ ਡਿਕਟੇਸ਼ਨ ਕਿੰ ਨੂੰ ਬੋਲਦੇ ਆ ਕਿ ਤੁਹਾਨੂੰ ਵਿੱਚੋਂ ਵਿੱਚੋਂ ਊੜੇ ਤੋਂ ਲੈ ਕੇ ੜੇ ਤੱਕ ਤੁਹਾਨੂੰ ਮੈਂ ਬੋਲਾਂਗੀ ਕਿ ਤੁਸੀਂ ਕੋਈ ਅੱਖਰ ਲਿਖੋ ਜੇ ਮੈਂ ਤੁਹਾਨੂੰ ਕਹਿ ਦਿੱਤਾ ਅੱਛਾ ਚਲੋ ਚਚਾ ਚਰਖਾ ਲਿਖੋ ਤੁਸੀਂ ਸਭ ਤੋਂ ਪਹਿਲਾਂ ਚਚਾ ਚਰਖਾ ਲਿਖੋਗੇ ਤੁਹਾਨੂੰ ਮੈਂ ਦੱਸ ਚੁੱਕੀ ਆ ਨਾ ਆਲਰੇਡੀ ਉਹਨੂੰ ਬੋਲਦੇ ਆ ਸੀ ਡਿਕਟੇਸ਼ਨ ਵਿੱਚੋਂ ਵਿੱਚੋਂ ਕੋਈ ਵੀ ਤੁਹਾਨੂੰ ਅੱਖਰ ਪਹਿਲਾਂ ਆ ਸਕਦਾ ਹੈ ਦੇਖੋ ਚਲੋ ਆਪਣੇ ਵੀ ਨੋਟਬੁੱਕਸ ਤੇ ਨੋਟ ਕਰੋ पहला लिखो मम्मा मच्छी मम्मा मच्छी दूसरे नंबर पे यैया यक्का यैया यक्का फिर थर्ड नंबर पे है गंगा खाली गंगा खाली अगे है चज्जा चंडा चज्जा चंडा टड्डा टोल टड्डा टोल राड़ा खाली राड़ा खाली कग्गा घर कार। कग्गा घर चचा चरखा थर्मस, थर्मस ए हो गए दे। मैं इस तो इलावा भी लिखा सकनी है तुम ये सारे अपनी नोटबुक्स नोट करना है ए हो गए सा टोकवे अखर या पुलावे अखर इस तो बाद नैक्सट है सा ਹੋਮਵਰਕ ਤੁਸੀਂ ਕੀ ਕਰਨਾ ਹੈ ਆਪਣੀ ਆਪਣੀ ਨੋਟਬੁక్స్ ਤੇ ਇਹ ਇਹ ਤੋਂ ਲੈ ਕੇ ਰਾੜਾ ਤੱਕ ਪਹਿਲਾਂ ਤੁਸੀਂ 5 ਪੇजेस ਲਿਖਨੇ ਹੈ ਸੋਨੇ ਸੋਨੇ ਫਿਰ ਤੁਸੀਂ ਜਿਹੜੀ ਬੁੱਕ ਵਿੱਚ ਤੁਹਾਨੂੰ ਕਵਿਤਾ ਦਿੱਤੀ ਹੋਈ ਹੈ ਤੁਹਾਨੂੰ ਮੈਂ ਪੜਾਈ ਹੈ ਜਿਹੜੀ ਉੜੇ ਤੋਂ ਲੈ ਕੇ ਰਾੜਾ ਤੱਕ ਤੁਸੀਂ ਉਹ ਪੜ੍ਹਨੀ ਹੈ ਉਹਨੂੰ ਚੰਗੇ ਤਰੀਕੇ ਨਾਲ ਯਾਦ ਕਰਨਾ ਹੈ ਫਿਰ ਰੈਕੋਗਨੀਸ਼ਨ ਆਫ ਲੈਟਰਸ ਮਤਲਬ ਉਰੇ ਤੋਂ ਲੈ ਕੇ ਰਾਣਾ ਤੱਕ ਤੁਮੇ ਕੋਈ ਵੀ ਅੱਖਰ ਦਿਖਾ ਕੇ ਪੁੱਛ ਸਕਨੀ ਹੈ ਕਿ ਕਿਹੜਾ ਅੱਖਰ ਹੈ ਤੇ ਤੁਸੀਂ ਮੈਨੂੰ ਉਹਦਾ ਜਵਾਬ ਦੇਣਾ ਹੈ ਫਿਰ ਡਿਕਟੇਸ਼ਨ ਆਈਡੈਂਟੀਫਾਈ ਦਾ ਪਿਕਚਰਸ ਮੈਚ ਅਪਸ ਤੇ ਫਿਲ ਅਪਸ ਇਹ ਹੋ ਗਿਆ ਸਾਡਾ ਅੱਜ ਦਾ ਹੋਮਵਰਕ ਇੱਥੇ ਬੇਟਾ ਸਾਡਾ ਜਿਹੜਾ ਸਿਲੇਬਸ ਹੈ ਸੈਕਿੰਡ ਟਰਮ ਦਾ ਉਹ ਵੀ ਫਿਨਿਸ਼ ਹੁੰਦਾ ਹੈ ਸਾਡੀ ਅੱਜ ਦੀ ਕਲਾਸ ਵੀ ਖਤਮ ਹੁੰਦੀ ਹੈ ਹੁਣ ਅਸੀਂ ਨੈਕਸਟ ਕਲਾਸ 'ਚ ਮਿਲਾਂਗੇ अपनी रिविजन के नो तक तीस उड़े तो लैके तक चंगे तरीके पढ़ना है और एल के जी क्लास अज सा इस ईयर का लास्ट डे है अच्छ थर्टी फस्ट दिसंबर है कल साडा नवा साल चढ़ना है न्यू ईयर स्टार्ट होना है सो मे दिस ईयर ब्रिंग न्यू हैप्पीनस न्यू गोल्स एंड द लॉच ऑफ न्यू इंस्पीरेशन ऑफ यूर लाइफ विशिंग यू अ ईयर फुली लॉजेड विद हैपीनैस Happy New Year to all. Bye bye. Take care.